ਮੈਂ ਅੰਮ੍ਰਿਤਸਰ ਆਟੋ ਡੀਲਰ ਐਸੋਸੀਏਸ਼ਨ ਦਾ ਪ੍ਰਧਾਨ ਰਜੇਸ਼ ਬੱਤਰਾ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਵੀ ਆਪਣੇ ਘਰ ਬੈਠੋ, ਕਰਫਿਊ ਦੀ ਪਾਲਣਾ ਕਰੋ, ਸੁਸਾਇਟੀ ਨੂੰ ਪੂਰਾ ਸਹਿਯੋਗ ਦਿਓ, ਪੁਲਿਸ ਨੂੰ ਸਹਿਯੋਗ ਦਿਓ ਪੂਰਾ, ਕਰੋਨਾ ਮਹਾਂਮਾਰੀ ਕਰਕੇ ਹੋਰ ਨਾ ਵਧੇ, ਇਸ ਕਰਕੇ ਸਾਰਾ ਘਰ ਬੈਠੋ ਪਰਿਵਾਰ ਦੇ ਵਿੱਚ। ਬਾਕੀ ਕਿਸੇ ਚੀਜ਼ ਦੀ, ਰਾਸ਼ਨ ਦੀ ਕਿਸੇ ਚੀਜ਼ ਦੀ ਵੀ ਕੋਈ ਲੋੜ ਹੈ, ਮੇਰਾ ਨੰਬਰ ਲਓ 98-729-00-850, ਰਾਸ਼ਨ ਘਰ ਪਹੁੰਚ ਜਾਏਗਾ ਜੀ ਜਿੱਥੇ ਤੁਸੀਂ ਕਹੋ। ਮੈਂ ਤਾਹਿਰ ਸ਼ਾਹ, ਕੌਂਸਲਰ ਵਾਰਡ ਨੰਬਰ 68 ਤੋਂ। ਮੈਂ ਇਸ ਚੈਨਲ ਦੇ ਜ਼ਰੀਏ ਆਪਣੇ ਸਾਰੇ ਇਲਾਕਾ ਵਾਸੀਆਂ ਨੂੰ, ਆਪਣੇ ਸ਼ਹਿਰ ਵਾਸੀਆਂ ਨੂੰ, ਆਪਣੇ ਦੇਸ਼ ਵਾਸੀਆਂ ਨੂੰ ਇਹੋ ਅਪੀਲ ਕਰਨਾ ਚਾਹਾਂਗਾ, ਇਹ ਜਿਹੜੀ ਬਹੁਤ ਹੀ ਬੁਰੀ ਬਿਮਾਰੀ ਫੈਲੀ ਹੋਈ ਹੈ ਕਰੋਨਾ ਨਾਮ ਦੀ, ਆਪਣੇ ਇਲਾਕਾ ਵਾਸੀਆਂ ਨੂੰ, ਆਪਣੇ ਸ਼ਹਿਰ ਵਾਸੀਆਂ ਨੂੰ ਇਹੋ ਅਪੀਲ ਕਰਾਂਗਾ ਕਿ ਆਪੋ ਆਪਣੇ ਘਰ ਦੇ ਅੰਦਰ ਅਸੀਂ ਜਿਹੜਾ ਲੋਕਡਾਊਨ ਦਾ ਪੂਰਾ ਪਾਲਣ ਕਰੀਏ, ਤਾਂ ਕਿ ਅਸੀਂ ਇਸ ਬਿਮਾਰੀ ਨੂੰ ਜਿੱਤ ਸਕੀਏ, ਇਸ ਬਿਮਾਰੀ ਨਾਲ ਲੜ ਸਕੀਏ। ਅਤੇ ਇਹੋ ਨਾਲ ਅਪੀਲ ਕਰਦਾ ਹੋਇਆ ਨਾਲ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਜਿਸ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਮੁਸ਼ਕਲ ਆਉਂਦੀ ਆ, ਸਾਡੀ ਕੈਪਟਨ ਸਰਕਾਰ ਵੱਲੋਂ ਨਿਊਜ਼ ਚੈਨਲਾਂ ਦੇ ਉੱਤੇ ਜਿਹੜੇ ਦਿੱਤੇ ਜਾ ਰਹੇ ਨੇ ਨੰਬਰ, ਉਹਨਾਂ 'ਤੇ ਕੋਲ ਕਰਕੇ ਕਿਸੇ ਵੀ ਪ੍ਰਕਾਰ ਦੀ ਮਦਦ ਲੈ ਸਕਦੇ ਨੇ। ਬਸ ਇਹੋ ਗੱਲ ਕਹਿੰਦਾ ਫਿਰ ਮੈਂ ਸ਼ਹਿਰ ਵਾਸੀਆਂ ਨੂੰ ਇਹ ਕਹਾਂਗਾ ਕਿ ਆਪੋ ਆਪਣੇ ਸ਼ਹਿਰ ਦੇ ਅੰਦਰ ਰਹਿ ਕੇ, ਆਪੋ ਆਪਣੇ ਇਲਾਕਿਆਂ ਦੇ ਅੰਦਰ ਰਹਿ ਕੇ, ਆਪੋ ਆਪਣੇ ਘਰਾਂ ਦੇ ਅੰਦਰ ਰਹਿ ਕੇ, ਅਸੀਂ ਇਹ ਜਿਹੜਾ ਲੋਕਡਾਊਨ ਦਾ ਪੂਰਾ ਸਾਥ ਦਈਏ, ਸਹਿਯੋਗ ਕਰੀਏ, ਬਸ ਇਹੋ ਗੱਲ ਕਹਾਂਗਾ। ਬੀਨ ਸਰ, ਕਈ ਕਰਿਆਨੇ ਵਾਲੇ ਆਟੇ ਦੀ ਰੇਟ ਜਿਹੜਾ 300-200 ਰੁਪਏ ਦਾ ਆਟਾ ਹੈ, ਉਹ 5 ਕਿਲੋ ਦਾ ਆਟਾ ਦੇ ਰਹੇ, ਇਹਦਾ ਕੀ ਕਹਿਣਾ ਚਾਹੁੰਦੇ ਸਰ? ਮੈਂ ਇਹ ਕਹਿਣਾ ਚਾਹਾਂਗਾ ਜੀ, ਦੇਖੋ ਇਹ ਜਿਹੜਾ ਟਾਈਮ ਚੱਲ ਰਿਹਾ, ਤੁਸੀਂ ਆਪ ਸਿਆਣੇ ਮਾਹੌਲ ਜਿਹੜਾ ਚੱਲ ਰਿਹਾ, ਇਹ ਆਪ ਲੋਕ ਜਿਹੜੇ NGO ਸਾਰੇ ਪਬਲਿਕ ਵੱਧ ਚੜ੍ਹ ਕੇ ਆ ਰਹੀ ਹੈ, ਲੋਕਾਂ ਦੀ ਗਰੀਬਾਂ ਦੀ ਮਦਦ ਕਰ ਰਹੇ ਆ, ਇਹ ਤਾਂ ਜਿਹੜੀ ਇਨਸਾਨੀਅਤ ਤੌਰ 'ਤੇ ਸਾਨੂੰ ਉਸੇ ਤਰੀਕੇ ਨਾਲ ਚੱਲਣਾ ਚਾਹੀਦਾ। ਜੇ ਅਸੀਂ ਇਸ ਟਾਈਮ ਦੇ ਉੱਤੇ ਰਹੀਏ, ਫਿਰ ਬਿਜ਼ਨਸ ਸੋਚਾਂਗੇ, ਅੱਜ ਵੇਖੋ ਨਾ ਕੀ ਚੱਲ ਰਿਹਾ, ਕੁਦਰਤ ਦਾ ਕਹਿਰ ਹੀ ਅਸੀਂ ਕਹਾਂਗੇ ਇਹਨੂੰ, ਅੱਜ ਜੇ ਕੁਦਰਤ ਦੇ ਕਹਿਰ 'ਤੇ ਵੀ ਅਸੀਂ ਇਸ ਤਰ੍ਹਾਂ ਦੇ ਵਪਾਰ ਸੋਚਾਂਗੇ, ਤਾਂ ਫਿਰ ਤਾਂ ਬਾਕੀ ਕੁਦਰਤ ਦੇ ਕਹਿਰ ਤੋਂ ਕਿਸ ਤਰ੍ਹਾਂ ਬਚਾਂਗੇ? ਇਹੋ ਮੈਂ ਅਪੀਲ ਕਰਾਂਗਾ ਇਲਾਕਾ ਜਿਹੜੇ ਕਰਨ ਦੇ ਨੇ, ਇਲਾਕਿਆਂ ਦੇ ਵਿੱਚ ਛੋਟੀ ਛੋਟੀ ਦੁਕਾਨਾਂ ਆ ਕਰਿਆਨੇ ਦੀਆਂ, ਉਹ ਜਿਹੜੇ ਕਰ ਰਹੇ ਨੇ ਇਸ ਤਰ੍ਹਾਂ ਰੇਟ ਵਧਾ ਕੇ ਦੇ ਰਹੇ ਨੇ, ਮੈਂ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਮੇਰੇ ਭਰਾਵਾਂ ਨੂੰ ਕਿ ਇਸ ਤਰ੍ਹਾਂ ਆਪਾਂ ਨਾ ਕਰੀਏ, ਜਿਸ ਰੇਟ ਦੇ ਪਿੱਛੇ ਕੰਟਰੋਲ ਰੇਟ ਤੋਂ ਸਾਨੂੰ ਜੋ ਮਾਲ ਆ ਰਿਹਾ ਅਸੀਂ ਉਸੇ ਰੇਟ 'ਤੇ ਦਈਏ, ਤਾਂ ਕਿ ਅੱਗੇ ਲੋਕਾਂ ਕੋਲ ਤਾਂ ਅੱਗੇ ਕੰਮ ਕਰ ਰਹਿ ਨਹੀਂ ਕੋਈ ਗਿਆ, ਅਤੇ ਉੱਤੋਂ ਅਸੀਂ ਆਪਣੇ ਰੇਟ ਦੇ ਦੁੱਗਣੇ ਕਰ ਦੇਵਾਂਗੇ, ਅਤੇ ਕਿਸ ਤਰ੍ਹਾਂ ਲੋਕਾਂ ਦਾ ਗੁਜ਼ਾਰਾ ਹੋਏਗਾ।